ਜਹਿਰਵਾਨ ਮੌਸਮ ਦਰਮਿਆਨ ਪੰਜਾਬ ਦੇ ਵਿੱਚ ਹੜ੍ਹ ਦੇ ਹਾਲਾਤਾਂ ਦੀ ਗੱਲ ਕਰ ਲਈਏ ਤਾਂ ਇਸ ਵਕਤ ਪੰਜਾਬ ਦੇ 19 ਜ਼ਿਲ੍ਹਿਆਂ ਦੇ 1460 ਦੇ ਕਰੀਬ ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋ ਚੁੱਕੇ ਨੇ ਜਦਕਿ ਕੁੱਲ 41 ਜਣਿਆਂ ਦੀ ਮੌਤ ਹੋ ਚੁੱਕੀ ਹੈ ਰੁਕ ਰੁਕ ਕੇ ਪੈ ਰਹੇ ਮੀਂਹ ਨੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦੇ ਵਿੱਚ ਹੁਣ ਵੀ ਪਾ ਰੱਖਿਆ ਹਾਲੇ ਵੀ ਸੂਬੇ ਦੇ ਕਈ ਹਿੱਸਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਜਿਸ ਕਰਕੇ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਸਕੂਲਾਂ ਜਾਂ ਕਿਤੇ ਹੋਰ ਰਹਿਣਾ ਪੈ ਰਿਹਾ ਹੈ ਲਗਾਤਾਰ ਮੀਂਹ ਪੈਣ ਕਾਰਨ ਪੰਜਾਬ ਦੇ ਸਾਰੇ ਡੈਮ ਦਰਿਆ ਤੇ ਨਦੀਆਂ ਦੇ ਵਿੱਚ ਪਾਣੀ ਵਧਦਾ ਜਾ ਰਿਹਾ ਹੈ ਘੱਗਰ ਸਤਲੁਜ ਰਾਵੀ ਤੇ ਅਸਤੇ ਵਿੱਚ ਪਾਣੀ ਦਾ ਪੱਧਰ ਵਾਧਾ ਦੇਖ ਕੇ ਇਹਨਾਂ ਦੇ ਕੰਢੇ ਸਥਿਤ ਪਿੰਡਾਂ ਦੇ ਲੋਕਾਂ ਦੇ ਸਾਹ ਸੁੱਕਣੇ ਪੈ ਗਏ ਨੇ ਹਾਲਾਂਕਿ ਕੱਲ ਭਾਖੜਾ ਡੈਮ ਦਾ ਦੌਰਾ ਕਰਨ ਦੇ ਲਈ ਪਹੁੰਚੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਸਥਿਤੀ ਕਾਬੂ ਹੇਠ ਹੈ ਅਫਵਾਵਾਂ ਤੇ ਯਕੀਨ ਨਾ ਕਰਿਓ ਅਸੀਂ ਤੁਹਾਨੂੰ ਕੁਝ ਨਹੀਂ ਹੋਣ ਦਿੰਦੇ ਪਰ ਸਚਾਈ ਇਹ ਹੈ ਕਿ ਪੰਜਾਬ ਚ 40 ਮੌਤਾਂ ਹੋ ਚੁੱਕੀਆਂ ਨੇ 40 ਦਾ ਵੱਡਾ ਬਹੁਤ 40 ਦਾ ਅੰਕੜਾ ਬਹੁਤ ਵੱਡਾ ਹੁੰਦਾ ਮੌਜੂਦਾ ਸਮੇਂ ਘੱਗਰ ਕਰਕੇ ਸਰਦੂਲਗੜ੍ਹ ਤੇ ਮਾਨਸਾ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਸੰਤਾਪ ਭੋਗਣਾ ਪੈ ਰਿਹਾ ਇਸ ਦਰਮਿਆਨ ਇੱਕ ਸਕੂਲ ਬੰਦ ਕਰ ਦਿੱਤੇ ਗਏ ਨੇ ਜਲੰਧਰ ਕਪੂਰਥਲਾ ਤੇ ਮਾਨਸਾ ਦੇ ਹੜ੍ਹ ਪ੍ਰਭਾਵਿਤ ਸਰਕਾਰੀ ਸਕੂਲੀ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਜਲੰਧਰ ਦੇ ਵਿੱਚ ਪਾਣੀ ਦਾ ਕਹਿਰ ਸਭ ਤੋਂ ਵੱਧ ਦੇਖਣ ਨੂੰ ਮਿਲਿਆ ਹੈ ਇਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਲਾਕ ਲੋਈਆਂ ਖਾਸ ਦੇ ਸਬਡਿਵੀਜ਼ਨ ਸ਼ਾਹਕੋਟ ਦੇ ਚਾਰ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਲੋਈਆਂ ਖਾਸ ਦੇ ਪ੍ਰਾਇਮਰੀ ਸਕੂਲ ਮੁੰਡੀ ਚੋਲੀਆਂ ਮੁੰਡੀ ਸ਼ਹਿਰੀਆਂ ੱਤਕਾ ਬਸਤੀ ਤੇ ਮੁੰਡੀ ਕਾਸੂ ਸਕੂਲਾਂ ਨੂੰ 26 ਜੁਲਾਈ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਨੇ ਇਸੇ ਤਰ੍ਹਾਂ ਕਪੂਰਥਲਾ ਦੇ ਦੋ ਸਰਕਾਰੀ ਸਕੂਲ ਵੀ 26 ਜੁਲਾਈ ਤੱਕ ਬੰਦ ਰਹਿਣਗੇ ਮਾਨਸਾ ਪ੍ਰਸ਼ਾਸਨ ਨੇ ਵੀ ਇਹ ਜਹਿ ਫੈਸਲਾ ਲਿਆ ਹੈ ਬੁਢਲਾਡਾ ਦੇ ਪਿੰਡ ਗੋਰਖਨਾਥ ਵੀਰੇਵਾਲਾ ਡੋਗਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੱਲਰੀਆਂ ਅਤੇ ਸਰਦੂਲਗੜ ਦੇ ਪਿੰਡ ਰੋੜ ਕੀ ਸਾਧੂ ਵਾਲਾ ਫੂਸ ਮੰਡੀ ਖੈਰਾ ਖੁਰਦ ਅਤੇ ਸਰਕਾਰੀ ਸੈਕੰਡਰੀ ਸਕੂਲ ਸਰਦੂਲਗੜ ਦਾ ਜਿਹੜਾ ਲੜਕੇ ਲੜਕੀਆਂ ਦਾ ਉਸ ਦੇ ਵਿੱਚ 24 ਤੋਂ 26 ਤੱਕ ਛੁੱਟੀਆਂ ਕੀਤੀਆਂ ਗਈਆਂ ਨੇ ਕੱਗਰ ਦਰਿਆ ਦਾ ਪਾਣੀ ਇਸ ਵਕਤ ਚੜਿਆ ਹੋਇਆ ਹੈ ਦਰਿਆ ਦੇ ਪਾਣੀ ਨੇ ਕਈ ਇਲਾਕਿਆਂ ਦੇ ਵਿੱਚ ਮਾਰ ਕੀਤੀ ਹੈ ਹਾਲਾਂਕਿ ਇਹ ਪਾਣੀ ਇਸ ਵਕਤ ਘਟਣ ਦੀਆਂ ਖਬਰਾਂ ਵੀ ਮਿਲ ਰਹੀਆਂ ਨੇ ਪਰ ਹਰ ਪਾਸੇ ਇਹ ਪਾਣੀ ਤਬਾਹੀ ਦੇ ਨਿਸ਼ਾਨ ਛੱਡ ਰਿਹਾ ਫਤਿਹਬਾਦ ਦੇ ਰਤੀਆ ਕੋਲੋਂ ਦਰਿਆ ਵਿੱਚੋਂ ਇੱਕ ਚੂੜੇ ਵਾਲੀ ਔਰਤ ਅਤੇ ਇੱਕ ਨੌਜਵਾਨ ਨੂੰ ਕੱਢਿਆ ਗਿਆ ਹੈ ਦੋਵੇਂ ਦਰਿਆ ਦੇ ਵਿੱਚ ਰੁੜ ਕੇ ਆਏ ਦੱਸੇ ਜਾ ਰਹੇ ਨੇ ਦੋਵਾਂ ਨੂੰ ਪਿੰਡ ਦੇ ਲੋਕਾਂ ਨੇ ਬਾਹਰ ਕੱਢਿਆ ਪਾਣੀ ਵਿੱਚੋਂ ਬਾਹਰ ਕੱਢਣ ਤੋਂ ਬਾਅਦ ਇਹਨਾਂ ਨੂੰ ਮੋਢਲੀ ਸਹਾਇਤਾ ਦਿੱਤੀ ਗਈ ਜਿਸ ਤੋਂ ਬਾਅਦ ਰਾਹਤ ਦੀ ਗੱਲ ਇਹ ਹੈ ਕਿ ਦੋਵਾਂ ਦੇ ਸਾਹ ਚੱਲ ਪਏ ਨੇ ਤੇ ਉਹ ਹਸਪਤਾਲ ਦੇ ਵਿੱਚ ਭਰਤੀ ਨੇ ਇਲਾਜ ਚੱਲ ਰਿਹਾ ਹੈ ਤਾਂ ਕਿ ਫਿਰ ਤੋਂ ਨੌਬਰ ਨੌ ਹੋ ਸਕਣ ਪਟਿਆਲਾ ਦੇ ਵਿੱਚ ਵੀ ਘਗਰ ਦੇ ਵਹਾਅ ਤੇ ਦਿਨ ਰਾਤ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਸਭ ਤੋਂ ਪਹਿਲਾਂ ਘਗਰ ਨੇ ਪਟਿਆਲਾ ਦੇ ਵਿੱਚ ਹੀ ਤਬਾਹੀ ਮਚਾਈ ਸੀ ਹਰ ਪਿੰਡ ਦੇ ਵਿੱਚ ਦਿਨ ਰਾਤ ਲੋਕ ਆਪਣੇ ਪੱਧਰ ਤੇ ਨਜ਼ਰ ਰੱਖ ਰਹੇ ਨੇ ਇਸ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣਕਾਰੀ ਪਲ-ਪਲ ਦੀ ਦਿੱਤੀ ਜਾ ਰਹੀ ਹੈ ਘੱਗਰ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਕਹਿੰਦੇ ਇਥੇ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਗੁਰੂਕੀ ਨਗਰੀ ਅੰਮ੍ਰਿਤਸਰ ਦੀ ਗੱਲ ਕਰ ਲਈਏ ਤਾਂ ਕੁਝ ਕਲੋਨੀਆਂ ਹੁਣ ਨਹਿਰੀ ਪਾਣੀ ਦੀ ਲਪੇਟ 'ਚ ਆ ਗਈਆਂ ਨੇ ਅੰਮ੍ਰਿਤਸਰ ਦੀ ਕੱਥੂ ਨੰਗਲ ਨਹਿਰ ਦੇ ਵਿੱਚ ਪਾੜ ਪੈਣ ਕਰਕੇ ਸ਼ਹਿਰ ਦੇ ਬਾਈਪਾਸ 'ਚੋਂ ਲੰਘਦੀ ਤੁੰਗ ਟਾਪ ਡਰੇਨ ਦੇ ਵਿੱਚੋਂ ਪਾਣੀ ਓਵਰਫਲੋ ਹੋ ਗਿਆ ਜਿਹਦੇ ਨਾਲ ਸ਼ਹਿਰ ਦੇ ਮਜੀਠਾ ਰੋਡ ਬਾਈਪਾਸ ਤੇ ਸੰਧੂ ਐਨਕਲੇਵ ਸਮੇਤ ਨੇੜਲੀਆਂ ਕਲੋਨੀਆਂ ਪਾਣੀ 'ਚ ਡੁੱਬ ਗਈਆਂ ਨੇ ਪਾਣੀ ਦਾ ਪੱਦਰ ਉੱਚਾ ਤਾਂ ਨਹੀਂ ਆ ਪਰ ਵਹਾਅ ਕਾਫੀ ਤੇਜ਼ ਹੈ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਕਈ ਦਿਨਾਂ ਤੋਂ ਸੂਬੇ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਐਤਵਾਰ ਨੂੰ ਜਿੱਥੇ ਪਟਿਆਲਾ ਅਤੇ ਸੈਭਜਾਦਾ ਜੀਤ ਸਿੰਘ ਨਗਰ ਮੋਹਾਲੀ ਸਮੇਤ ਰੂਪਨਗਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤਾਂ ਸੋਮਵਾਰ ਨੂੰ ਜਾਖੜ ਨੇ ਸੰਗਰੂਰ ਸਮੇਤ ਸਮਾਣਾ ਦੇ ਕਈ ਪਿੰਡਾਂ ਦਾ ਜਾਇਜ਼ਾ ਲਿਆ ਇਸ ਦੇ ਨਾਲ ਹੀ ਜਾਖੜ ਨੇ ਇੱਕ ਵਾਰੀ ਫੇਰ ਪੰਜਾਬ ਸਰਕਾਰ ਤੋਂ ਹੜ੍ਹ ਪੀੜਤਾਂ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਪੀੜਤਾਂ ਨੂੰ 10 ਤੋਂ 20000 ਰੁਪਏ ਦੀ ਫੌਰੀ ਮਦਦ ਦੇਵੇ ਇਸ ਵਕਤ ਲੋੜ ਹੈ ਕਿ ਉਹਨਾਂ ਦੇ ਹੱਥ ਵਿੱਚ ਪੈਸਾ ਰੱਖਿਆ ਬਾਦ ਦੇ ਵਿੱਚ ਕਲੇਮ ਕਰਕੇ ਪੈਸੇ ਲਓ ਸਾਡਾ ਕਿੰਨਾ ਨੁਕਸਾਨ ਹੋਇਆ ਇੱਕ ਵਾਰੀ ਤਾਂ ਲੋਕਾਂ ਨੂੰ ਫਿਰ ਆਪ ਭਰਨਾ ਪਊਗਾ ਨਾ ਆਪ ਕਿਤੋਂ ਜਿਹੜਾ ਹੈਗਾ ਆਪ ਹੀ ਪ੍ਰਬੰਧ ਕਰਕੇ ਦੇਣਾ ਪਊਗਾ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਆਪ ਦੇ ਗਲ ਗੁੱਠਾ ਦੇਣ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਅਸੀਂ ਥਾਂ ਥਾਂ ਤੇ ਦਰ ਦਰ ਤੋਂ ਮੰਗ ਕੇ ਆਪਦਾ ਪ੍ਰਬੰਧ ਕਰਦੇ ਆ ਉਸ ਸਮੇਂ ਦੇ ਵਿੱਚ ਸਰਕਾਰ ਨੂੰ ਲੋਕਾਂ ਦਾ ਹੱਥ ਫੜਨ ਦੀ ਲੋੜ ਹੁੰਦੀ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਐਮਪੀ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਦੇ ਲਈ ਪੰਪ ਸੈੱਟ ਦਿੱਤੇ ਜਾਂਦਾ ਐਲਾਨ ਕੀਤਾ ਹੈ ਇੱਕ ਨੰਬਰ ਜਾਰੀ ਕੀਤਾ ਹੈ ਕਿ ਜਿਨ੍ਹਾਂ ਨੂੰ ਹੜ੍ਹ ਦਾ ਪਾਣੀ ਕੱਢਣ ਦੇ ਲਈ ਪੰਪ ਸੈੱਟ ਦੀ ਲੋੜ ਹੈ ਉਹ ਇਸ ਨੰਬਰ ਤੇ ਸੰਪਰਕ ਕਰਨ ਨੰਬਰ ਹੈ 7009307228 ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ਸੋ ਪੰਜਾਬ ਸਰਕਾਰ ਜਿੱਥੇ ਲਗਾਤਾਰ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਹ ਇਲਾਕਿਆਂ ਦੇ ਵਿੱਚ ਰਾਹਤ ਪਹੁੰਚਾਉਣ ਦੇ ਦਾਅਵੇ ਕਰ ਰਹੀ ਹੈ ਉੱਥੇ ਹੀ ਵਿਰੋਧੀ ਧਿਰਾਂ ਵੀ ਲਗਾਤਾਰ ਪੰਜਾਬ ਸਰਕਾਰ ਨੂੰ ਘੇਰ ਰਹੀਆਂ ਨੇ ਪੰਜਾਬ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਣ ਜਾਂ ਫਿਰ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤਿੰਨਾਂ ਨੇ ਮੌਜੂਦਾ ਸਰਕਾਰ ਨੂੰ ਘੇਰ ਰੱਖਿਆ ਹੈ ਰੋਜ਼ਾਨਾ ਲਗਾਤਾਰ ਤਿੱਖੇ ਹਮਲੇ ਤੇ ਤਿੱਖੇ ਸਵਾਲ ਕੀਤੇ ਜਾ ਰਹੇ ਨੇ 26 ਤੋਂ ਲੈ ਕੇ 28 ਜੁਲਾਈ ਤੱਕ ਪੰਜਾਬ ਦੇ ਕੁਝ ਕੁ ਇਲਾਕਿਆਂ ਨੂੰ ਛੱਡ ਕੇ ਕੁਝ ਕੁ ਜ਼ਿਲ੍ਹਿਆਂ ਨੂੰ ਛੱਡ ਕੇ ਤਕਰੀਬਨ ਸਾਰੇ ਪੰਜਾਬ 'ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ 26 ਨੂੰ ਜਿੱਥੇ ਪੂਰੇ ਪੰਜਾਬ ਦੇ ਵਿੱਚ ਮੀਂਹ ਖਾਇਆ ਗਿਆ ਉੱਥੇ 27 ਨੂੰ ਵੀ ਮਾਝਾ ਦੁਆਬਾ ਤੇ ਪੂਰਬੀ ਮਾਲਵਾ ਦੇ ਵਿੱਚ ਭਾਰੀ ਮੀਂਹ ਜਦਕਿ ਪੱਛਮੀ ਮਾਲਵਾ ਦੇ ਵਿੱਚ ਕਿਤੇ ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ 28 ਜੁਲਾਈ ਨੂੰ ਫੇਰ ਪੂਰੇ ਪੰਜਾਬ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਗਾਰੀ ਕੀਤੀ ਗਈ ਹੈ ਅੱਜ ਦੇ ਦਿਨ ਲਈ ਵੀ ਮੀਂਹ ਦੀ ਵਿਖਬਾਣੀ ਕੀਤੀ ਗਈ ਸੀ ਤੇ ਅੱਜ ਸਿਟੀ ਬਿਊਟੀਫੁੱਲ ਚੰਡੀਗੜ੍ਹ ਅਤੇ ਪੰਜਾਬ ਦੇ ਜ਼ਿਰਖਪੁਰ ਸਣੇ ਨਾਲ ਲੱਗਦੇ ਕਈ ਇਲਾਕਿਆਂ ਦੇ ਵਿੱਚ ਤੜਕੇ ਮੀਂਹ ਪਿਆ ਕਿਤੇ ਹਲਕਾ ਤੇ ਕਿਤੇ ਭਾਰੀ ਸਭ ਕਿਤੇ ਮੀਂਹ ਦੀ ਵਾਛੜ ਹੈ ਜਿਹੜੀ ਉਹ ਡਿੱਗੀ ਹੈ ਜਿਸ ਤੋਂ ਬਾਅਦ ਟਰਾਈ ਸਿਟੀ ਦੇ ਵਿੱਚ ਸੜਕਾਂ ਤੇ ਲੰਮੇ ਜਾਮ ਲੱਗ ਗਏ ਹਾਲਾਤ ਇਹ ਸਨ ਕਿ ਜ਼ਿਰਖਪੁਰ ਤੋਂ ਅੰਮ੍ਰਾਲਾ ਬੈਰੀਅਰ ਤੱਕ ਜਾਮ ਲੱਗਿਆ ਦੇਖਿਆ ਲੋਕ ਵਾਹਨਾਂ ਦੇ ਵਿੱਚ ਕੈਦ ਹੋ ਕੇ ਰਹਿ ਗਏ ਦਫ਼ਤਰਾਂ ਨੂੰ ਜਾ ਰਹੇ ਲੋਕ ਰਾਹ ਦੇ ਵਿੱਚ ਹੀ ਫਸਦੇ ਦੇਖੇ ਗਏ ਜਾਮ ਵਿੱਚ ਸਕੂਲ ਬੱਸਾਂ ਤੇ ਐਂਬੂਲੈਂਸਾਂ ਵੀ ਫਸ ਗਈਆਂ ਸਨ ਜ਼ਿਰਖਪੁਰ ਤੇ ਨੇੜੇ ਤੇੜੇ ਅੰਮ੍ਰਾਲਾ ਚੰਡੀਗੜ੍ਹ ਰੋਡ ਉੱਤੇ ਪਾਣੀ ਖੜਾ ਹੋਣ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਸਨ ਭਾਰਤੀ ਮੌਸਮ ਵਿਭਾਗ ਨੇ ਅੱਜ ਪੰਜਾਬ ਹਿਮਾਚਲ ਪ੍ਰਦੇਸ਼ ਹਰਿਆਣਾ ਉੱਤਰਾਖੰਡ ਸਮੇਤ ਗੋਆ ਮਹਾਰਾਸ਼ਟਰ ਗੁਜਰਾਤ ਤੇ ਕਰਨਾਟਕਾ ਦੇ ਵਿੱਚ ਵੀ ਭਾਰੀ ਮੀਂਹ ਦੇ ਚੇਤਾਵਨੀ ਜਾਰੀ ਕੀਤੀ ਸੀ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਮੀਂਹ ਪਿਆ ਹੈ ਸਾਡੇ ਦਰਸ਼ਕ ਸੁਣ ਰਹੇ ਹੋ ਤਾਂ ਸਾਨੂੰ ਜ਼ਰੂਰ ਜਾਣਕਾਰੀ ਦੇਣ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਰਾਜਸਥਾਨ ਮਧ ਪ੍ਰਦੇਸ਼ ਛੱਤੀਸਗੜ੍ਹ ਅੰਡੇਮਾਨ ਤੇ ਨਿਕੁਬਾਰ ਟਾਪੂਆ ਉੜੀਸਾ ਅਰुणा ਗੱਲ ਆਂਧਰਾ ਪ੍ਰਦੇਸ਼ ਤੇਲੰਗਾਨ ਕੇਰਲਾ ਤਾਮਿਲਨਾਡੂ ਤੇ ਪੁਡੂਚੇਰੀ ਦੇ ਵਿੱਚ ਵੀ ਭਾਰੀ ਮੀਂਹ ਦੀ ਪੇਸ਼ੀਨਗੋਈ ਅੱਜ ਦੇ ਲਈ ਕੀਤੀ ਗਈ ਸੀ